ਜਲਾਸ ਦੇ ਵਿੱਚ ਸਾਰੇ ਅਧਿਕਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਦੇਤੇ ਆ, ਲਾਈਟ ਘੱਟ ਕਰੀ ਯਾਰ, ਕੈਂਡੀਡੇਟ ਦੇਣਾ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੈਨੂੰ ਇੱਥੇ ਬਣਾਉਣਾ ਲਾਈਟ ਉੱਥੋਂ ਉੱਥੋਂ ਬਣਾਓ, ਦੇਖੋ ਬੱਚੇ ਸਾਰਾ ਵਧਾਇਆ ਦੇਈ ਉਹ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੋਣ ਲੜਦੇ ਆ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਸਾਨੂੰ ਕੈਂਡੀਡੇਟ ਵਜੋਂ ਪੇਸ਼ ਕਰਦਾ। ਇਸੇ ਤਰ੍ਹਾਂ ਜਦੋਂ ਚੋਣ ਹੁੰਦੀ ਹੈ ਪ੍ਰਧਾਨ ਦੀ, ਪ੍ਰਧਾਨ ਜਨਰਲ ਸਕੱਤਰ, ਉਦੋਂ ਵੀ ਕੈਂਡੀਡੇਟ ਉਹਨਾਂ ਦੇ ਐਲਾਨ ਕਰਨੇ ਹੁੰਦੇ ਆ, ਅਸੀਂ ਵੋਟ ਪਾਉਣਾ, ਉਹਨਾਂ ਨੇ ਸਾਰੇ ਰਾਏ ਲੈ ਲਈ ਹੈ, ਉਸ ਰਾਏ ਦੇ ਅਨੁਸਾਰ ਉਹ ਆਪਣੇ ਕੈਂਡੀਡੇਟ। ਬੀਬੀ ਜੀ, ਪਿਛਲੇ ਕੁਝ ਸਮੇਂ ਜਿਹੜੇ ਇੱਕ ਘਿਓ ਨੂੰ ਲੈ ਕੇ ਵਿਵਾਦ ਜਾਂ ਹੋਰ ਵੀ ਜਿਹੜੇ ਸਟੇਜ ਲਾਉਣ ਨੂੰ ਲੈ ਕੇ ਬਾਰਾਂ ਕੋਈ ਇੱਕ ਵਿਅਕਤੀ ਗੱਲ ਕਰਦਾ ਹੈ, ਹਾਂਜੀ, ਉਹਦਾ ਜਵਾਬ ਪ੍ਰਧਾਨ ਸਾਹਿਬ ਆਪੇ ਕਲੀਅਰ ਕਰ ਦੇਣਗੇ। ਇਹ ਕੌਮ ਦਾ, ਕਿਉਂਕਿ ਕੌਮ ਜਿਹੜੀ ਹੈ ਉਹ ਬਿਲਕੁਲ ਸੰਤੁਸ਼ਟ ਹੈ, ਜਿੰਨੇ ਸਮਾਗਮ ਹੋਏ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਹੋਏ ਹੈ, ਔਰ ਕੌਮ ਦੀ ਸੇਵਾ ਵਿੱਚ ਦੁਨੀਆ ਨੇ ਰੱਜ ਕੇ ਸੇਵਾ, ਲੋਕਤੰਤਰੀ ਢੰਗ ਨਾਲ ਜਿਹੜਾ ਤੀਸਰੀ ਵਾਰੀ ਕੋਈ ਵੀ ਹੋ ਸਕਦਾ ਨਹੀਂ, ਪਰ ਫਿਰ ਵੀ ਤੁਹਾਡੇ ਵਿਚਾਰ 'ਚ ਤੁਸੀਂ ਕਿਹਨੂੰ ਪ੍ਰਧਾਨ ਦੇ ਤੌਰ ਤੇ ਦੇਖਣਾ ਚਾਹੁੰਦੇ ਹੋ? ਮੈਂ ਤੇ ਇਹ ਕਹਿੰਦੀ ਸੱਜੇ ਪਾਤਸ਼ਾਹ ਜਿਹਦੇ ਮਸਤਕ 'ਚ ਲਿਖਿਆ ਹੋਇਆ, ਨਹੀਂ ਤੇ ਤੁਹਾਨੂੰ ਸੇਵਾ ਮਿਲੀ ਤੇ ਤੁਸੀਂ ਕਬੂਲ ਕਰੋਗੇ? ਜਿਹਨੂੰ ਵੀ ਮਿਲੇਗੀ ਕਬੂਲ ਕਰੇਗਾ ਜੀ। ਠੀਕ ਠੀਕ।